ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਰਨੈਲ ਨੰਦੂ ਜੀ, ਸਰਦਾਰ ਅਰਜਨ ਸਿੰਘ ਜੀ ਚੀਮਾ, ਅਸੀਂ ਗਏ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਅਤੇ ਮੈਂ ਬੜਾ ਇੰਟਰਸਟਿੰਗ ਤੁਹਾਡੇ ਨਾਲ ਵਿਸ਼ਾ ਸਾਂਝਾ ਕਰਨ ਲੱਗਿਆ। ਇਹ ਦੋਸਤ ਹੈਗਾ ਛੋਟਾ ਵੀਰ ਮਨਜੀਤ ਸਿੰਘ, ਕਪੂਰਥਲੇ ਤੋਂ। ਇਹ ਇਕੱਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਿੱਸਾ ਨਹੀਂ ਹੈ, ਪੰਜਾਬ ਦੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਨਾ, ਪ੍ਰਾਈਵੇਟ ਲੁੱਟ ਮਾਫੀਆ, ਪ੍ਰਾਈਵੇਟ ਕਾਲਜ ਸਕੂਲ ਜੋ ਪੰਜਾਬ 'ਚ ਕਰਦੇ ਆ, ਉਹ ਕਿਸੇ ਕੋਲੋਂ ਕੋਈ ਬੁੱਧੀ ਛਿਪੀ ਨਹੀਂ। ਹਰ ਸਾਲ ਪੇਰੈਂਟਸ ਐਸੋਸੀਏਸ਼ਨਾਂ ਸੜਕਾਂ ਦੇ ਉੱਤੇ ਬੈਠ ਕੇ ਧਰਨੇ ਲਾਉਂਦੇ ਆ ਇਹਨਾਂ ਦੀ ਲੁੱਟ ਦੇ ਵਿਰੁੱਧ। ਅੱਜ ਸਰਕਾਰੀ ਯੂਨੀਵਰਸਿਟੀਆਂ ਕਿਹੜੇ ਤਰੀਕੇ ਲੁੱਟ ਰਹੀਆਂ। ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਿਆ ਔਰ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਮਨਜੀਤ BA ਕਰ ਰਿਹਾ ਪ੍ਰਾਈਵੇਟ ਕਾਲਜ ਦੇ ਕਪੂਰਥਲੇ ਦਾ ਰਹਿਣ ਵਾਲਾ, ਪੰਜਵੇਂ ਸਮੈਸਟਰ ਦਾ ਪੋਲੀਟੀਕਲ ਸਾਇੰਸ ਦੇ ਇਹਦੇ ਨੰਬਰ, ਪੰਜਵੇਂ ਸਮੈਸਟਰ December 2016 ਦੇ ਵਿੱਚ ਰਿਜ਼ਲਟ ਆਇਆ। December 2016 ਪੰਜਵਾਂ ਸਮੈਸਟਰ ਪੋਲੀਟੀਕਲ ਸਾਇੰਸ ਦੇ ਨੰਬਰ ਆ ਗਏ 0, ਅਤੇ ਬੱਚੇ ਨੂੰ ਸ਼ੱਕ ਹੋ ਗਿਆ ਵੀ ਮੈਂ 0 ਨਹੀਂ, ਗਲਤ ਹੈਗੇ ਆ ਮੇਰੇ ਜਿਹੜੇ ਮਾਰਕਸ ਆਏ ਆ। ਇਹਨੇ RTI ਪਾਈ, RTI ਦੇ ਜ਼ਰੀਏ ਆ ਆਨਸਰ ਸ਼ੀਟ ਮੇਰੇ ਹੱਥ ਦੇ ਵਿੱਚ ਆ, ਜਿਹੜੀ ਮੈਂ ਯੂਨੀਵਰਸਿਟੀ ਵਾਲਿਆਂ ਨੂੰ ਦਿਖਾ ਕੇ ਆਇਆ। ਆਨਸਰ ਸ਼ੀਟ ਇਹਨੇ ਪ੍ਰਾਈਵੇਟ 2 ਪ੍ਰੋਫੈਸਰਾਂ ਤੋਂ ਚੈੱਕ ਕਰਾਈ, ਗਾਈਡ ਦੇ ਨਾਲ ਫੇਲ ਕਰਕੇ ਦੇਖਿਆ, ਬੁੱਕ ਦੇ ਨਾਲ ਫੇਲ ਕਰਕੇ ਦੇਖਿਆ, ਅਤੇ ਮਿਨੀਮਮ ਲਾ ਲਈਏ ਤਾਂ 40 ਨੰਬਰ ਬਣਦੇ ਆ, ਜੇ ਵੱਧ ਕਹਿ ਦਈਏ ਖੁੱਲ੍ਹੇ ਹੱਥ ਨਾਲ ਨੰਬਰ ਦਿੱਤੇ ਆ ਤਾਂ 45 ਬਣਦੇ ਆ। ਕੋਈ ਬੱਚੇ ਦੀ ਸੁਣਵਾਈ ਨਹੀਂ ਹੋਈ, ਰੀਵੈਲੂਏਸ਼ਨ ਭਰੀ 0 ਤੋਂ ਕਰਤੇ 13 ਨੰਬਰ। ਦੇਖੋ ਤੁਸੀਂ ਫਰਕ ਕਿੰਨਾ, ਇੱਕ ਪਾਸੇ ਇੱਕ ਚੈੱਕਰ ਪੇਪਰ ਚੈੱਕ ਕਰਨ ਦਾ 0 ਦੇ ਰਿਹਾ, ਦੂਸਰੇ ਪਾਸੇ ਚੈਕਿੰਗ ਹੁੰਦੀ ਆ ਰੀਵੈਲੂਏਸ਼ਨ ਦੇ, ਵਧਾ ਕੇ 13 ਕਰ ਦਿੰਦੇ ਆ, ਮਤਲਬ ਸਿੱਧਾ ਹੀ 13 ਨੰਬਰਾਂ ਦਾ ਫਰਕ। ਫਿਰ RTI ਦੇ ਜ਼ਰੀਏ ਜਿਹੜੀ ਕਾਪੀ ਆਉਂਦੀ ਆ ਉਹਦੇ 'ਚ ਬਣਦੇ ਆ ਦੋਸਤੋ 40 ਤੋਂ 45। ਉਦੋਂ ਬਾਅਦ ਦੇ ਵਿੱਚ ਜਦੋਂ ਗੱਲ ਨਹੀਂ ਬਣੀ ਤਾਂ ਬੱਚੇ ਨੇ ਦੁਬਾਰਾ ਪੇਪਰ ਦਿੱਤਾ। ਪੇਪਰ ਦੇਣ ਤੋਂ ਬਾਅਦ ਆ ਮੇਰੇ ਹੱਥ ਦੇ ਵਿੱਚ ਇਹਦਾ ਜਿਹੜਾ ਦੁਬਾਰਾ ਸਪਲੀ ਦਾ ਦਿੱਤਾ ਹੋਇਆ ਪੇਪਰ ਆ, ਇਹਦੇ 'ਚ ਲਾ ਤੇ ਇਹਦੇ ਸਿਰਫ 9 ਨੰਬਰ। ਐਂਡ ਜਿਹੜੀ RTI ਦੇ ਜ਼ਰੀਏ ਆਨਸਰ ਸ਼ੀਟ ਲਈ, ਹੈਰਾਨ ਹੋਵੋਗੇ ਤੁਸੀਂ, ਇਸ ਆਨਸਰ ਸ਼ੀਟ ਦੇ ਵਿੱਚ ਮਿਨੀਮਮ ਜੇ ਖਿੱਚ ਕੇ ਨੰਬਰ ਲਾ ਦਈਏ ਤਾਂ 50 ਮਾਰਕਸ ਬਣਦੇ ਆ। ਮੈਂ GNDU ਡੀਨ ਅਕੈਡਮਿਕ ਕੰਟਰੋਲਰ ਐਗਜ਼ਾਮ ਉੱਥੇ ਦੇ ਅੱਜ BC ਸਾਹਿਬ ਮਿਲੇ ਨਹੀਂ, ਮੈਂ ਉਹਨਾਂ ਨੂੰ ਪੁੱਛ ਕੇ ਆਇਆ ਵੀ ਆ ਮੈਂ ਵੀ ਆਪਣੇ ਲੁਧਿਆਣੇ ਦੇ 2 ਪ੍ਰੋਫੈਸਰਾਂ ਤੋਂ ਚੈੱਕ ਕਰਾ ਲਈਆਂ ਆਨਸਰ ਸ਼ੀਟਾਂ ਜਿਹੜੀਆਂ RTI ਦੇ ਜ਼ਰੀਏ ਆਈਆਂ ਨੇ। ਉਹਨਾਂ ਨੇ ਵੀ ਬਿਲਕੁਲ ਸੇਮ ਜਿਹੜੇ ਨੰਬਰ, ਇੱਕ ਦੇ ਵਿੱਚ ਮਿਨੀਮਮ 50, ਦੂਜੇ ਦੇ ਵਿੱਚ ਮਿਨੀਮਮ 45। ਹੁਣ ਆਇਆ 4 ਚਾਂਸ ਮਿਲ ਜਾਣੇ ਆ, ਪੰਜਵਾਂ ਚਾਂਸ ਜਿਹਨੂੰ ਗੋਲਡਨ ਚਾਂਸ ਕਹਿੰਦੇ ਨੇ, ਉਹਦਾ 25,000 ਰੁਪਈਆ ਅਤੇ ਇੱਕ ਰੀਵੈਲੂਏਸ਼ਨ ਦਾ ਤਕਰੀਬਨ 1400 ਰੁਪਈਆ, ਅਤੇ ਜੇ ਸਪਲੀ ਦਾ ਪੇਪਰ ਦੇਣਾ ਉਹਦਾ ਵੀ 1500 ਰੁਪਈਆ। ਪੰਜਾਬ ਦੇ ਅੰਦਰ ਸਰਕਾਰੀ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਮਤਲਬ ਕਿੰਨੀਆਂ ਯੂਨੀਵਰਸਿਟੀਆਂ ਸਰਕਾਰੀ ਨੇ ਜਿਹੜੀਆਂ ਇਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜੇ ਪਾਸ ਨੇ ਉਹਨੂੰ ਫੇਲ ਕਰ ਦਿੰਦੀਆਂ ਨੇ, ਉਹ ਫਿਰ ਬਾਅਦ ਦੇ ਵਿੱਚ ਰੀਵੈਲੂਏਸ਼ਨ ਭਰਨ, ਬਾਅਦ ਦੇ ਵਿੱਚ ਸਪਲੀ ਦੇ ਪੇਪਰ ਦੇਣ, ਫਿਰ ਉਹ ਗੋਲਡਨ ਚਾਂਸ 25,000 ਵਾਲਾ ਲੈਣ। ਇਹ ਲੁੱਟਤੰਤਰ ਜਿਹੜਾ ਸਕੂਲ, ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਕਾਲਜ ਮਾਫੀਆ, ਉਹ ਤਾਂ ਖੁੰਡੇ ਉਸਤਰੇ ਦੇ, ਉਹ ਤਾਂ ਵੱਢਦਾ ਤਲਵਾਰ ਦੇ ਨਾਲ, ਇਹ ਸਰਕਾਰੀ ਯੂਨੀਵਰਸਿਟੀਆਂ ਖੁੰਡੇ ਉਸਤਰੇ ਦੇ ਨਾਲ ਵੱਢਣ ਲੱਗੀਆਂ, ਨਾਲੇ ਕੁੱਟਦੇ ਆ ਅਤੇ ਨਾਲੇ ਰੋਣ ਨਹੀਂ ਦਿੰਦੇ। ਮੈਂ ਯੂਨੀਵਰਸਿਟੀ ਵਾਲਿਆਂ ਨੂੰ ਪੁੱਛ ਕੇ ਆਇਆ ਵੀ ਤੁਸੀਂ ਮੈਨੂੰ ਇਹਦਾ ਹੱਲ ਦੱਸੋ, ਮੈਂ ਬੱਚੇ ਨੂੰ ਪਾਸ ਕਰਾਉਣ ਲਈ ਨਹੀਂ ਆਇਆ। ਪਰ ਜਿਹੜੇ ਚੈੱਕਰ ਨੇ, ਜਿਹੜੇ ਪ੍ਰੋਫੈਸਰ ਨੇ ਚੈਕਿੰਗ ਕਰਦੇ ਹੋਏ ਪਾਸ ਬੱਚੇ ਨੂੰ ਫੇਲ ਕੀਤਾ, ਉਹਨੂੰ ਸਜ਼ਾ ਕੀ ਦੇਣੀ ਆ? ਉਹਨਾਂ ਨੇ ਗੱਲ ਸਾਰੀ ਸੁਣਨ ਤੋਂ ਬਾਅਦ ਇਨਸ਼ੋਰ ਕੀਤਾ ਵੀ ਅਸੀਂ ਇਹ ਮਸਲਾ ਹੱਲ ਕਰਦੇ ਹਾਂ। ਦੋਸਤੋ, ਮੈਂ ਇਸ ਕਰਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ, ਮੇਰੇ ਕੋਲ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਪੰਜਾਬ ਯੂਨੀਵਰਸਿਟੀ ਵਾਲੇ ਆ, ਪੰਜਾਬੀ ਯੂਨੀਵਰਸਿਟੀ ਵਾਲੇ ਆ, ਜਿਹੜੇ PAU ਵਾਲੇ ਆ, ਬਹੁਤ ਸਾਰੇ ਸੇਮ ਕੇਸ ਆਉਂਦੇ ਆ। ਮੈਂ ਮੰਨਦਾ ਨਹੀਂ ਸੀ ਪਹਿਲਾਂ, ਅੱਜ ਮੈਂ ਇਸ ਕਰਕੇ ਮੰਨਿਆ ਜਦੋਂ ਇਹ ਦੋਸਤ ਮੇਰੇ ਕੋਲ RTI ਦੇ ਜ਼ਰੀਏ ਆਨਸਰ ਸ਼ੀਟਾਂ ਲੈ ਆਇਆ ਨਾ, ਮੈਂ ਆਨਸਰ ਸ਼ੀਟਾਂ ਖੁਦ ਆਪਣੇ ਨੋਨ ਪ੍ਰੋਫੈਸਰਾਂ ਤੋਂ, ਪੋਲੀਟੀਕਲ ਸਾਇੰਸ ਵਾਲਿਆਂ ਤੋਂ ਚੈੱਕ ਕਰਾਈਆਂ ਵੀ ਨੰਬਰ ਬਣਦੇ ਕਿੰਨੇ ਆ। ਜਦੋਂ ਨੰਬਰ 1 ਤੇ 45, ਦੂਜੀ 'ਤੇ 50 ਬਣਿਆ, ਮੈਂ ਫਿਰ ਤੁਰਿਆ ਅੰਮ੍ਰਿਤਸਰ ਵਾਸਤੇ। ਅਤੇ ਹੁਣ ਤੁਹਾਨੂੰ ਦੋਸਤੋ ਅਪੀਲ ਕਰਦਾ, ਤੁਹਾਡੇ ਬਹੁਤ ਸਾਰੇ ਦੋਸਤਾਂ ਦੇ, ਵਿਦਿਆਰਥੀ ਬੱਚਿਆਂ ਦੇ ਹੱਥਾਂ ਦੇ ਵਿੱਚ RTI ਦੇ ਜ਼ਰੀਏ ਲਏ ਹੋਏ ਆਪਣੇ ਆਨਸਰ ਸ਼ੀਟ ਆ, ਜਿੱਥੇ ਤੁਸੀਂ ਪਾਸ ਹੁੰਦੇ ਹੋ, ਇੱਕ ਤਾਂ ਉਹ ਜ਼ਰੂਰ ਸੰਪਰਕ ਕਰਿਓ, ਚਾਹੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਵਾਲੇ ਹੋ, ਪੰਜਾਬੀ ਵਾਲੇ ਹੋ, ਜਾਂ PAU ਵਾਲੇ ਹੋ। ਅਤੇ ਬੱਚਿਓ, ਦੂਸਰੇ ਉਹ ਵਿਦਿਆਰਥੀ ਜਿਨ੍ਹਾਂ ਨੇ RTI ਦੇ ਜ਼ਰੀਏ ਆਪਣੀ ਆਨਸਰ ਸ਼ੀਟ ਨਹੀਂ ਲਈ, ਤੁਹਾਨੂੰ ਵਿਸ਼ਵਾਸ ਆ ਕਿ ਮੈਂ ਪੇਪਰ ਸਹੀ ਕਰਕੇ ਆ ਪਰ ਮੇਰੇ ਨੰਬਰ ਬੜੇ ਘੱਟ ਆ,
ਆਰਟੀਆਈ ਦੇ ਵਿੱਚ ਮੇਰਾ ਖਿਆਲ 110 ਰੁਪਈਏ 110 ਲੱਗ 90 ਰੁਪਈਏ ਦਾ ਖਰਚਾ ਆਰਟੀਆਈ ਤੇ 100 ਲਾ ਕੇ ਚੱਲ ਪੋ 90 ਰੁਪਈਏ ਜਾਂ 100 ਰੁਪਈਆ ਖਰਚਾ ਕਰਕੇ ਆਪਣਾ ਦਿੱਤਾ ਇਗਜ਼ਾਮ ਆਂਸਰ ਸ਼ੀਟ ਜ਼ਰੂਰ ਪ੍ਰਾਪਤ ਕਰ ਲਓ ਤਾਂ ਜੋ ਜਿਹੜੀ ਇਹਨਾਂ ਸਰਕਾਰੀ ਯੂਨੀਵਰਸਿਟੀਆਂ ਦੇ ਅੰਦਰ ਧਾਂਦਲੀ ਮੱਚਦੀ ਹੈ ਨਾ, ਇੱਕ ਤਾਂ ਪੇਰੈਂਟਸ ਦੀ ਲੁੱਟ ਅਤੇ ਦੂਜਾ ਬੱਚਿਆਂ ਦਾ ਫਿਊਚਰ ਸਪੋਇਲ ਕਰਨ ਵਾਸਤੇ, ਫਿਊਚਰ ਤਬਾਹ ਕਰਨ ਵਾਸਤੇ। ਔਰ ਮੈਂ ਉੱਥੇ ਡੀਨ ਅਕੈਡਮਿਕ ਅਤੇ ਜਿਹੜੇ ਦੂਸਰੇ ਸਾਥੀ ਮਿਲੇ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਯਾਰ ਤੁਹਾਨੂੰ ਸਰਕਾਰ ਗ੍ਰਾਂਟਸ ਘੱਟ ਆਉਂਦੀਆਂ ਨੇ, ਸਰਕਾਰੀ ਤੌਰ 'ਤੇ ਗ੍ਰਾਂਟਾਂ ਘੱਟ ਆਉਂਦੀਆਂ, ਤੁਸੀਂ ਆਹ ਕਿਹੜਾ ਰਸਤਾ ਫੜ ਲਿਆ ਪੈਸੇ ਬਣਾਉਣ ਦਾ ਜ਼ਰੀਆ, ਕਿਉਂਕਿ ਤੁਸੀਂ ਆਪਣੇ ਯੂਨੀਵਰਸਿਟੀ ਦੇ ਖਰਚੇ ਤਨਖਾਹਾਂ ਕੱਢਣੀਆਂ ਨੇ, ਪਰ ਆਹ ਰਸਤਾ ਤੁਹਾਡਾ ਟੋਟਲ ਗਲਤ ਹੈ। ਪ੍ਰਾਈਵੇਟ ਮਾਫੀਆ ਤਾਂ ਯਕਦਮ ਤਿੱਖੀ ਤਲਵਾਰ ਆ, ਮਾਰਦਾ ਗਰਦਨ ਲਾ ਕੇ ਉਹ ਮਾਰਦਾ ਵੀ ਇੰਨੇ ਪੈਸੇ ਲੈਣੇ ਆ, ਅਤੇ ਤੁਸੀਂ ਚੋਰ ਰਸਤਾ ਲੱਭ ਲਿਆ ਜਿੱਥੇ ਬੱਚਿਆਂ ਦੇ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ। ਸੋ ਮੈਨੂੰ ਆਸ ਆ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਜ਼ਰੂਰ ਇਸ ਗੱਲ ਦੇ ਉੱਤੇ ਜਿਵੇਂ ਉਹਨਾਂ ਨੇ ਇੰਸ਼ੋਰ ਕੀਤਾ, ਅਤੇ ਮੈਂ ਇਦੂ ਬਾਅਦ ਦੇ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਐਂਡ PAU ਇਹਨਾਂ ਦੇ VC ਨੂੰ ਵੀ ਜ਼ਰੂਰ ਮਿਲੂੰਗਾ, ਇਹਨਾਂ ਨੂੰ ਵੀ ਇੱਕ ਚਿੱਠੀ ਪੱਤਰ ਦਊਂਗਾ ਲਾਜ਼ਮੀ ਵੀ ਤੁਸੀਂ ਇਸ ਤਰੀਕੇ ਜੇ ਕੋਈ ਚੈੱਕਰ ਕਿਹੜੇ ਤਰੀਕੇ ਨਾਲ ਉਹ ਠੱਗੀ ਮਾਰ ਰਿਹਾ, ਤੁਹਾਡੇ ਕਹੇ 'ਤੇ ਮਾਰ ਰਿਹਾ ਜਾਂ ਆਪਣੇ ਆਪ ਇਹ ਕੰਮ ਕਰ ਰਿਹਾ, ਅਤੇ ਰਸਤਾ ਬੰਦ ਕਰੋ। ਗੱਲ ਇਸ ਬੱਚੇ ਦੇ ਫੇਲ ਜਾਂ ਪਾਸ ਦੀ ਨਹੀਂ, ਹਜ਼ਾਰਾਂ ਬੱਚੇ ਹਰ ਸਾਲ ਹਜ਼ਾਰਾਂ, ਅਤੇ ਉਹ ਗਿਣਤੀ ਲਾ ਲਈਏ ਜੇ ਆਪਾਂ ਸਾਲ ਦਾ ਲਾ ਲਈਏ ਅਤੇ ਦੋ ਸਮੈਸਟਰ ਹੈਗੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਬਣ ਜਾਂਦੇ ਆ, ਅਤੇ ਅੱਜ ਬੱਚਿਆਂ ਦਾ ਭਵਿੱਖ ਤਬਾਹ ਅਤੇ ਮਾਂ ਬਾਪ ਦੀ ਲੁੱਟ ਰੋਕਣ ਵਾਸਤੇ ਰਸਤੇ ਨੂੰ ਬੰਦ ਕਰਨ ਵਾਸਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾ ਕੇ ਆਇਆ। ਐਂਡ ਹੈਰਾਨਗੀ ਇਸ ਗੱਲ ਦੀ ਆ, ਆਹ ਮੈਨੂੰ ਲਿਖ ਕੇ ਦਿੱਤਾ ਜਰਨੈਲ ਜੀ ਨੇ ਵੀ ਸਿੰਡੀਕੇਟ ਮੈਂਬਰ ਵੀ ਉੱਥੇ ਹਾਜ਼ਰ ਸੀਗੇ। ਮੈਂ ਕਹੂੰਗਾ ਕਿ ਸਿੰਡੀਕੇਟ ਮੈਂਬਰ ਸਾਡੇ 'ਚੋਂ ਹੀ ਹੈਗੇ ਆ, ਸਾਡੇ ਭਰਾ ਨੇ ਜਿਹੜੇ VC ਨੇ ਜਾਂ ਜਿਹੜੇ ਡੀਨ ਅਕੈਡਮਿਕ ਕੰਟਰੋਲਰ ਇਗਜ਼ਾਮ ਹੈਗੇ ਆ, ਇਹ ਸਾਡੇ ਹੀ ਆ। ਇਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਬਣਦਾ। ਸੋ ਮੇਰੀ ਆਦਰ ਸਾਹਿਬ ਦੋਸਤੋ, ਤੁਹਾਨੂੰ ਵਿਦਿਆਰਥੀ ਛੋਟੇ ਪੁੱਤਰੋ ਬੇਟੀਓ ਭੈਣੋ ਭਰਾਓ, ਤੁਹਾਨੂੰ ਬੇਨਤੀ ਹੈ ਆਪਣਾ ਇੱਕ ਤਾਂ RTI ਦੇ ਜ਼ਰੀਏ ਆਂਸਰ ਸ਼ੀਟ ਜ਼ਰੂਰ ਲੈ ਲਿਓ, 100 ਰੁਪਈਏ ਦਾ ਸਿਰਫ ਖਰਚਾ ਆਉਣਾ ਜਦੋਂ ਤੁਹਾਨੂੰ ਸ਼ੱਕ ਪੈਦਾ ਹੋ ਜੇ। ਅਤੇ ਜਿਹੜਿਆਂ ਨੇ RTI ਦੇ ਜ਼ਰੀਏ ਸ਼ੀਟਾਂ ਲੈ ਲਈਆਂ ਅਤੇ ਬਾਹਰੋਂ ਚੈਕਿੰਗ ਕਰਾਈ ਆ, ਆਪ ਕਿਤਾਬ ਦੇ ਨਾਲ ਮਿਲ ਕੇ ਦੇਖਿਆ, ਅਤੇ ਜਿਹੜੇ ਪਾਸ ਬੱਚੇ ਉਹ ਜ਼ਰੂਰ ਮੈਨੂੰ ਮਿਲ ਲਿਓ, ਤਾਂ ਜੋ ਇਸ ਕੰਪੇਨ ਨੂੰ ਹਰ ਵਿਦਿਆਰਥੀ ਹਰ ਘਰ ਤੱਕ ਲੈ ਕੇ ਚੱਲੀਏ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਮਨਜੀਤ ਦਾ ਧੰਨਵਾਦ ਹੈ ਜਿਹਨੇ ਇੰਨੀ ਮਿਹਨਤ ਕਰਕੇ ਸਾਰਾ ਕੁਝ ਇਕੱਠਾ ਕੀਤਾ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।